ਹਾਂਜੀ ਮੰਮੀ, ਅਸੀਂ ਨਾ ਲੱਡੂ ਨਾਲ ਹਰ ਪਲ ਜੀਣਾ ਚਾਹੁੰਦੇ ਹਾਂ ਅਤੇ ਇਹਦੀ ਨਿੱਕੀ ਨਿੱਕੀ ਖੁਸ਼ੀ ਨੂੰ ਵੀ ਨਾ ਯਾਦਗਾਰ ਬਣਾਉਣਾ ਚਾਹੁੰਦੇ ਹਾਂ। ਮੈਂ ਨਾ ਬੜੇ ਦਿਨਾਂ ਤੋਂ ਨੋਟਿਸ ਕਰ ਰਹੀ ਹਾਂ, ਤੁਹਾਡਾ ਧਿਆਨ ਨਾ ਤਾਂ ਫੈਮਿਲੀ ਵੱਲ ਹੈ ਅਤੇ ਨਾ ਹੀ ਆਪਣੇ ਕੰਮ ਵੱਲ। ਕੀ ਗੱਲ, ਕਿਹੜੀ ਸੋਚੀ ਪਈ ਰਹਿੰਦੇ ਹੋ? ਚਾਚੀ, ਹੁਣ ਤਾਂ ਸਾਡੇ ਆਉਣ 'ਤੇ ਵੀ ਸਵਾਲ ਪੁੱਛੇ ਜਾਂਦੇ ਨੇ। ਮੈਂ ਤਾਂ ਰਾਧਿਕਾ ਨੂੰ ਮਿਲਣ ਆਈ ਸੀ, ਕਿੱਥੇ ਹੈਗੀ ਉਹ? ਤੁਸੀਂ ਤਾਂ ਆਪਣੀ ਮੰਮੀ ਨਾਲ ਸਾਡੇ ਵਿਆਹ ਦੀ ਗੱਲ ਕਰਨੀ ਨਹੀਂ, ਮੈਂ ਹੀ ਕਰ ਲੈਂਦੀ ਹਾਂ। ਉਹ ਤੈਂ ਸਾਨੀਆਂ ਪਾਗਲ ਆ, ਤੂੰ ਘਰੇ ਵੜੀ ਜਾਂਦੀ ਆ, ਆਪਾਂ ਬਾਹਰ ਬਹਿ ਕੇ ਗੱਲ ਕਰਦੇ ਹਾਂ। ਆ ਜਾ, ਤੂੰ ਪਾਗਲ ਹੈ, ਤੂੰ ਸਿੱਧਾ ਮੇਰੇ ਘਰੇ ਆ ਗਈ। ਕੀ ਗੱਲ, ਪੂਰਾ ਮਹੀਨਾ ਹੋ ਗਿਆ ਮੈਂ ਫੋਨ ਕਰ ਕਰਕੇ ਥੱਕ ਗਈ ਹਾਂ, ਨਾ ਤੁਸੀਂ ਫੋਨ ਚੱਕ ਰਹੇ ਹੋ ਤੇ ਨਾ ਕੰਮ ਤੇ ਆ ਰਹੇ ਹੋ। ਉਹ ਤੈਨੂੰ ਦੱਸਿਆ ਤਾਂ ਸੀਗਾ ਕਿ ਘਰੇ ਮੰਮੀ ਬਿਮਾਰ ਨੇ, ਦੇਖ ਰੇਖ ਉਹਨਾਂ ਦੀ ਮੈਂ ਹੀ ਕਰਨੀ ਆ, ਹੋਰ ਤਾਂ ਕੋਈ ਹੈ ਨਹੀਂਗਾ। ਕੋਈ ਗੱਲ ਨਹੀਂ, ਮੈਂ ਕੱਲ ਨੂੰ ਆਉਣਾ ਕੰਮ ਤੇ। ਤਾਂ ਹੀ ਤਾਂ ਮੈਂ ਤੁਹਾਨੂੰ ਕਹਿੰਦੀ ਹਾਂ ਛੇਤੀ ਵਿਆਹ ਕਰਾ ਲੈਂਦੇ ਹਾਂ, ਮੰਮੀ ਦਾ ਧਿਆਨ ਮੈਂ ਆਪੇ ਰੱਖ ਲਾਂਗੀ। ਉਹ ਬਾਬਾ, ਤੇਰੇ ਅੱਗੇ ਹੱਥ ਜੋੜਦਾ, ਹਾਲੇ ਮੈਂ ਕੰਫਰਟ ਜ਼ੋਨ 'ਚ ਨਹੀਂ ਹੈਗਾ ਵਿਆਹ ਕਰਾਉਣ ਦੇ। ਕੋਈ ਨਹੀਂ, ਕਰਾ ਲਾਂਗੇ ਵਿਆਹ, ਨਾਲੇ ਹੁਣ ਤੂੰ ਇੱਥੋਂ ਜਾ, ਆਂਢ ਗੁਆਂਢ ਦੇਖਦਾ। ਲੈ ਹੁਣ ਇੰਨੀ ਦੂਰੋਂ ਆਈ ਆ, ਘਰੋਂ ਖਾਲੀ ਮੋੜ ਲਿਆ, ਮੰਮੀ ਨੂੰ ਤਾਂ ਮਿਲਾ ਲੈਂਦੇ। ਮੰਮੀ ਸੁੱਤੇ ਹੋਏ ਨੇ ਦਵਾਈ ਖਾ ਕੇ, ਐਵੇਂ ਤੰਗ ਹੋਣਗੇ, ਕੀ ਫਾਇਦਾ? ਕੀ ਗੱਲ, ਬੜੇ ਡਰੇ ਡਰੇ ਲੱਗ ਰਹੇ ਹੋ, ਕੁਝ ਲੁਕਾਉਂਦੇ ਤਾਂ ਨਹੀਂ ਪਏ ਮੇਰੇ ਤੋਂ? ਮੈਂ ਕਿਉਂ ਡਰਨਾ ਤੇਰੇ ਤੋਂ, ਉਹ ਤਾਂ ਘਰੇ ਮੰਮੀ ਦਵਾਈ ਖਾ ਕੇ ਸੁੱਤੇ ਹੋਏ ਨੇ, ਏਦਾਂ ਬੁਲਾਉਂਦਾ ਮੈਂ ਚੰਗਾ ਥੋੜੀ ਲੱਗਦਾ, ਮੈਂ ਤਾਂ ਤੈਨੂੰ ਵਿਆਹ ਕੇ ਲੈ ਕੇ ਆਊਂਗਾ। ਹਾਂ, ਤੁਹਾਡੀ ਇਹ ਵੀ ਗੱਲ ਸਹੀ ਹੈ, ਬਟ ਜੇ ਅੱਜ ਤੋਂ ਬਾਅਦ ਮੈਨੂੰ ਇਗਨੋਰ ਕੀਤਾ ਨਾ ਜਾਂ ਮੇਰਾ ਫੋਨ ਨਹੀਂ ਚੱਕਿਆ ਤਾਂ ਸਿੱਧਾ ਤੁਹਾਡੇ ਘਰੇ ਆਊਂਗੀ। ਜਿਸ ਹਿਸਾਬ ਨਾਲ ਤੂੰ ਮੇਰੇ ਘਰੇ ਆ ਕੇ ਖੜ ਗਈ ਨਾ, ਹੁਣ ਤਾਂ ਜੇ ਮੈਂ ਸੁੱਤਾ ਵੀ ਹੋਇਆ ਨਾ ਤਾਂ ਵੀ ਤੇਰਾ ਫੋਨ ਚੱਕ ਲੂੰਗਾ, ਟੈਨਸ਼ਨ ਨਾ ਲੈ। ਨਾ ਹੁਣ ਕੀ ਗੱਲ, ਸਾਰੀਆਂ ਗੱਲਾਂ ਇੱਥੇ ਹੀ ਕਰਨੀਆਂ ਨੇ ਜਾਂ ਕਿਤੇ ਹੋਰ ਚੱਲੀਏ? ਹਾਂ, ਪਾਰਕ 'ਚ ਬਹਿ ਕੇ ਗੱਲ ਕਰਦੇ ਹਾਂ ਆਪਾਂ। ਤੂੰ ਇੱਦਾਂ ਕਰ, ਹੌਲੀ ਹੌਲੀ ਚੱਲ, ਮੈਂ ਮੋਟਰਸਾਈਕਲ ਲੈ ਕੇ ਆਉਂਦਾ, ਜੇ ਇੱਥੇ ਬਿਠਾ ਲਿਆ ਨਾ ਐਵੇਂ ਕਿਸੇ ਨੇ ਦੇਖ ਲਿਆ ਕਲੇਸ਼ ਹੋ ਜੂ। ਸ਼ੁਕਰ ਆਜੂ, ਇਹ ਤਾਂ ਗੇਟ ਮੈਂ ਹੀ ਖੋਲਿਆ, ਜੇ ਕਿਤੇ ਰੀਆ ਖੋਲ ਦਿੰਦੀ ਨਾ ਅੱਜ ਤਾਂ ਟਾਕਰੇ ਹੋ ਜਾਣੇ ਸੀਗੇ, ਤੇਰਾ ਤਾਂ ਬਸਿਆ ਵਸਾਇਆ ਘਰ ਉੱਜੜ ਜਾਣਾ ਸੀ। ਚਲੋ ਠੀਕ ਹੈ ਮੰਮੀ, ਮੈਂ ਚੱਲਦੀ ਹਾਂ। ਨਾ ਤੂੰ ਕੱਲ੍ਹ ਤਾਂ ਆਈ ਆ, ਅੱਜ ਤੁਰ ਵੀ ਪਈ ਆ, ਚਾਰ ਦਿਨ ਰਿਹਾ ਤਾਂ ਕਰ। ਮੰਮੀ, ਮੈਂ ਤਾਂ ਰਾਤ ਹੀ ਬੜੀ ਔਖੀ ਕੱਟੀ ਹੈ, ਮੇਰਾ ਤਾਂ ਪੂਰਾ ਧਿਆਨ ਲੱਡੂ ਵੱਲ ਲੱਗਾ ਹੋਇਆ, ਤੁਹਾਨੂੰ ਪਤਾ ਤਾਂ ਹੈ ਉਹਨੂੰ ਇੱਕ ਦਿਨ ਨਾ ਦੇਖਾ ਤਾਂ ਮੇਰਾ ਕੀ ਹਾਲ ਹੋ ਜਾਂਦਾ। ਪੁੱਤ, ਜੇ ਤੇਰਾ ਨਹੀਂ ਦਿਲ ਲੱਗਦਾ ਸੀ ਫਿਰ ਕਦੇ ਦਿੱਤਾ ਮੁੰਡਾ, ਤੂੰ ਏਡੀ ਵੱਡੀ ਗਲਤੀ ਕਾਹਤੇ ਕੀਤੀ ਆ? ਛੱਡੋ ਮੰਮੀ, ਸਾਰੇ ਮੇਰੇ ਤੇ ਬਲੇਮ ਕਰੀ ਜਾਂਦੇ ਪਏ ਨੇ, ਪਹਿਲੇ ਤਾਈ ਦੀ ਨੂੰਹ ਆਈ ਉਹ ਮੈਨੂੰ ਭੜਕਾ ਗਈ, ਉਦਨ ਭਰਾ ਆਇਆ ਉਹ ਮੈਨੂੰ ਭੜਕਾਉਣ ਲੱਗ ਪਿਆ, ਤੇ ਰਹਿੰਦੀ ਕੁੰਦੀ ਕਸਰ ਤੁਸੀਂ ਪੂਰੀ ਕਰੀ ਜਾਂਦੇ ਪਏ ਹੋ। ਤਾਂ ਹੀ ਤੈਨੂੰ ਹਰ ਕੋਈ ਬੋਲਦਾ ਪਿਆ, ਗਲਤੀ ਵੀ ਤਾਂ ਤੂੰ ਹੀ ਕੀਤੀ ਆ। ਮੰਮੀ, ਤੁਹਾਨੂੰ ਸਾਰਿਆਂ ਨੂੰ ਲੱਗਦਾ ਹੋਏਗਾ ਕਿ ਮੈਂ ਕੋਈ ਗਲਤੀ ਕੀਤੀ ਹੈ, ਪਰ ਉਹਨਾਂ ਦੋਨਾਂ ਜੀਆਂ ਨੂੰ ਪੁੱਛ ਕੇ ਦੇਖੋ, ਉਹਨਾਂ ਨੂੰ ਮੈਂ ਜ਼ਿੰਦਗੀ ਦੀ ਕਿੱਡੀ ਵੱਡੀ ਖੁਸ਼ੀ ਦਿੱਤੀ ਹੈ। ਦੇਖ ਪੁੱਤ, ਹੁਣ ਤਾਂ ਤੂੰ ਜਵਾਬ ਦੇ ਚੁੱਕੀ ਆ, ਤੇ ਉਹਨੂੰ ਤੂੰ ਭੁੱਲ ਜਾ। ਮੰਮੀ, ਇੱਕ ਘਰ 'ਚ ਰਹਿ ਕੇ ਮੈਂ ਕਿੱਦਾਂ ਭੁੱਲ ਜਾਵਾਂ, ਮੇਰੀਆਂ ਅੱਖਾਂ ਦੇ ਅੱਗੇ ਉਹ ਘੁੰਮਦਾ ਵੈ, ਉਹਨੂੰ ਮੈਂ ਆਪਣੇ ਕੁੱਖੋਂ ਜੰਮਿਆ। ਹੁਣ ਤੂੰ ਕੁੱਖੋਂ ਜੰਮਿਆ ਤੇ ਕੁੱਖ ਖਾਲੀ ਵੀ ਕੀਤਾ, ਤੇ ਹੁਣ ਤੜਫੀ ਕਾਹਤੇ ਜਾਂਦੀ ਆ? ਚਲੋ ਛੱਡੋ ਮੰਮੀ, ਮੈਂ ਤੁਹਾਨੂੰ ਮਿਲਣ ਆਈ ਸੀ, ਮਿਲ ਲਿਆ, ਹੁਣ ਮੈਂ ਜਾਂਦੀ ਹਾਂ। ਕੋਈ ਨਹੀਂ ਪੁੱਤ, ਅੱਜ ਦਾ ਦਿਨ ਠਹਿਰ ਜਾ, ਕੱਲ ਚੱਲ ਜੀ ਤੂੰ। ਚਲੋ ਠੀਕ ਹੈ, ਜੇ ਇੰਨਾ ਜ਼ੋਰ ਪਾਉਂਦੇ ਪਏ ਤਾਂ ਰੁਕ ਜਾਂਦੀ ਹਾਂ, ਫਿਰ ਕਹੋਗੇ ਤੂੰ ਮਾਂ ਨੂੰ ਪਿਆਰ ਨਹੀਂ ਕਰਦੀ। ਚਲੋ ਬੈਠੋ ਫਿਰ, ਮੈਂ ਚਾਹ ਬਣਾ ਲਿਆਉਂਦੀ ਥੋੜ੍ਹੀ ਥੋੜ੍ਹੀ। ਗੱਲ ਸੁਣ ਵੇ, ਕੱਲ੍ਹ ਤਾਂ ਤੇਰੇ ਨਾਲ ਗੱਲ ਕਰਨ ਦਾ ਟਾਈਮ ਨਹੀਂ ਮਿਲਿਆ। ਹਾਂਜੀ ਨਾਨੀ, ਦੱਸੋ। ਨਾ ਗੱਲ ਸੁਣ, ਚਾਚੀ ਤੇਰੀ ਉਹਨੂੰ ਹੀ ਗੋਦੜ ਚੱਕ ਕੇ ਰੱਖਦੀ ਹੈ ਕਿ ਤੈਨੂੰ ਵੀ ਕੁਛ ਪੁੱਛਦੀ ਹੈ ਕਿ ਨਹੀਂ? ਨਹੀਂ ਨਹੀਂ ਨਾਨੀ, ਚਾਚੀ ਮੈਨੂੰ ਪੁੱਛਦੇ ਆ, ਪਿਆਰ ਵੀ ਕਰਦੇ ਆ। ਇੱਕ ਗੱਲ ਮੈਨੂੰ ਹੋਰ ਦੱਸ, ਜਦੋਂ ਦਾ ਜਵਾਕ ਤੇਰੇ ਚਾਚੇ ਚਾਚੀ ਨੂੰ ਦਿੱਤਾ, ਤੇਰੇ ਮਾਂ ਪਿਓ ਲੜਦੇ ਆ ਕਿ ਨਹੀਂ? ਨਹੀਂ ਨਹੀਂ, ਪਾਪਾ ਮੰਮੀ ਸਹੀ ਰਹੀ ਜਾਂਦੇ ਆ। ਗੱਲ ਸੁਣ ਪੁੱਤ, ਤੈਨੂੰ ਆਪਣੇ ਛੋਟੇ ਵੀਰੇ ਦੀ ਯਾਦ ਨਹੀਂ ਆਉਂਦੀ? ਪਹਿਲਾਂ ਤੇਰੇ ਕੋਲ ਸੌਂਦਾ ਸੀ, ਹੁਣ ਆਪਣੇ ਚਾਚਾ ਚਾਚੀ ਕੋਲ ਸੌਂਦਾ ਆ। ਮੈਨੂੰ ਛੋਟੇ ਕਾਕੇ ਦੀ ਯਾਦ 'ਚ ਹੋ ਗਈ, ਸਾਰਾ ਦਿਨ ਤਾਂ ਮੇਰੇ ਨਾਲ ਹੀ ਖੇਡਦਾ, ਜਦੋਂ ਮੈਂ ਉਹਦੇ ਨਾਲ ਖੇਡਦਾ ਹੁੰਦਾ ਤੇ ਮੈਂ ਚਾਚੇ ਦੇ ਕਮਰੇ 'ਚ ਚੱਲ ਜਾਂਦਾ। ਤੁਹਾਨੂੰ ਇੰਨਾ ਪਤਾ ਹੈ ਨਾਨੀ, ਉਹ ਰੀੜਨ ਲੱਗ ਗਿਆ, ਰੀੜ ਰੀੜ ਕੇ ਮੇਰੇ ਕੋਲ ਆ ਜਾਂਦਾ।
ਫਿਰ ਤੇਰੀ ਚਾਚੀ ਤੈਨੂੰ ਖੇਡਣ ਦਿੰਦੀ ਆ ਕਾਕੇ ਨਾਲ? ਏਦਾਂ ਤਾਂ ਨੀ ਕਹਿੰਦੀ, ਜਾ ਆਪਣੇ ਕਮਰੇ ਚ ਭੱਜ ਜਾ, ਇਹਦੇ ਨਾਲ ਨੀ ਖੇਡਣਾ। ਨਹੀਂ ਨਹੀਂ ਚਾਚੀ, ਉਸ ਤੋਂ ਜ਼ਿਆਦਾ ਮੈਨੂੰ ਪਿਆਰ ਕਰਦੇ ਆ, ਉਹਦੀ ਮੈਂ ਉਸ ਘਰ ਦੇ ਨਾਲ ਲੜ ਲਾਂ। ਬਾਕੀ ਉਸ ਘਰ ਦੀ ਹੋਰ ਕੋਈ ਗੱਲ ਜਿਹੜੀ ਮੈਨੂੰ ਨਹੀਂ ਪਤਾ ਦੱਸ ਦੇ ਮੈਨੂੰ। ਇੱਧਰ ਦਾ ਤਾਂ ਕੁਛ ਨੀ, ਘਰ ਦੇ ਤਾਂ ਸਾਰੇ ਸਹੀ ਰਹੀ ਜਾਂਦੇ ਨੇ। ਇਹਨੇ ਕਿਹੜਾ ਮੈਨੂੰ ਕੁਛ ਦੱਸਣਾ ਆ, ਮਾਂ ਦਾ ਪੱਟਿਆ ਹੋਇਆ, ਜਿੰਨਾ ਪੁੱਛਿਆ ਹੋਊ ਓਨੇ ਜਵਾਬ ਦਊਗਾ। ਜਦੋਂ ਘਰ 'ਚ ਸਾਰਾ ਕੁਛ ਸਹੀ ਚੱਲੀ ਜਾਂਦਾ ਹੈ ਤਾਂ ਮੈਂ ਕੀ ਦੱਸਾਂ ਤੁਹਾਨੂੰ? ਕੋਈ ਨਾ ਪੁੱਤ, ਘਰ ਜਾਣ ਲੱਗੇ ਹੱਥ ਤਾਂ ਨਾਨੀ ਦੇ ਅੱਗੇ ਅੱਡਣੇ ਆ, ਤੇ ਰੁਪਈਆ ਤੈਨੂੰ ਮੈਂ ਵੀ ਨਾ ਦਿੰਦੀ। ਪਹਿਲਾਂ ਕੋਈ ਗੱਲ ਦੱਸ ਮੈਨੂੰ। ਨਾ ਦੋ ਕੋਈ ਨੀ, ਚਾਚੀ ਮੈਨੂੰ ਬਥੇਰੇ ਪੈਸੇ ਦੇ ਦਿੰਦੇ ਆ। ਮਾਂ ਦਾ ਪੱਟਿਆ ਨੀ, ਚਾਚੀ ਦਾ ਪੱਟਿਆ ਹੋਇਆ ਹੈ। ਰੱਖੇਗੀ ਤਾਂ ਹੀ ਤਾਂ ਭੁੱਲੂਗੀ, ਤੂੰ ਦਿਖਾਵੇ ਦੀ ਮਾਂ ਰਹਿ ਜਾਏਗੀ ਤੇ ਉਹ ਅਸਲੀ ਮਾਂ ਬਣ ਜਾਊ। ਗੱਲ ਹਲੇ ਕੀਤੀ ਆ, ਤੂੰ ਕੰਬ ਗਈ, ਪਰ ਜੇ ਗੱਲ ਸੱਚ ਹੋ ਗਈ ਨਾ ਤੂੰ ਫਿਰ ਵਾਂਝ ਬਣ ਜਾਣਾ। ਉਹ ਕੀ ਹੋ ਗਿਆ ਤੈਨੂੰ? ਮੇਰੇ ਆਏ ਦਾ ਪਤਾ ਨਹੀਂ ਲੱਗਾ, ਗਵਾਚੀ ਹੋਈ ਹੈ। ਨਹੀਂ ਨਹੀਂ ਇੱਦਾਂ ਤਾਂ ਕੁਛ ਵੀ ਨਹੀਂ, ਮੈਂ ਕਿੱਥੇ ਗਵਾਚਣਾ। ਝੂਠ ਨਾ ਬੋਲ, ਮੈਨੂੰ ਤਾਂ ਇੰਨਾ ਰਹਿੰਦੇ ਨਾ 5 ਸਾਲ ਹੋ ਗਏ ਨੇ। ਮੈਨੂੰ ਇਹ ਦੱਸ, ਹੁਣ ਕਿਸ ਗੱਲ ਦਾ ਬੋਝ ਪਾਇਆ? ਸਭ ਕੁਛ ਤਾਂ ਠੀਕ ਚੱਲਣ ਡਿਆ। ਉਹ ਨਹੀਂ ਨਹੀਂ ਇੱਦਾਂ ਦਾ ਕੁਛ ਵੀ ਨਹੀਂ ਆ, ਉਹ ਨਾ ਲੱਡੂ ਅੰਦਰ ਸੁੱਤਾ ਹੋਇਆ ਸੀ ਤਾਂ ਮੈਂ ਬਾਹਰ ਆ ਕੇ ਬਹਿ ਗਈ। ਤੁਹਾਨੂੰ ਪਤਾ ਤਾਂ ਹੈ ਮਾੜਾ ਜਿਹਾ ਖੜਕਾ ਦੜਕਾ ਹੁੰਦਾ, ਮਿੰਟ ਲਾਉਂਦਾ ਉੱਠਣ ਨੂੰ। ਪਰ ਜਦੋਂ ਲੱਡੂ ਸੁੱਤਾ ਹੁੰਦਾ ਨਾ ਉਹਦੇ ਆਸੇ ਪਾਸੇ ਸਿਰਹਾਣੇ ਲਾ ਦਿਆ ਕਰ, ਤੈਨੂੰ ਪਤਾ ਹੈ ਜਿੱਦਾਂ ਜਿੱਦਾਂ ਵੱਡਾ ਹੋਈ ਜਾਂਦਾ ਉੱਦਾਂ ਉੱਦਾਂ ਸ਼ਰਾਰਤੀ ਹੋਈ ਜਾਂਦਾ, ਹੋਰ ਕਿਤੇ ਬੈੱਡ ਤੋਂ ਨਾ ਥੱਲੇ ਡਿੱਗ ਜਾਵੇ। ਹਾਂਜੀ ਜੀ ਇਹ ਤਾਂ ਗੱਲ ਠੀਕ ਆ ਤੁਹਾਡੀ, ਬਹੁਤ ਸ਼ਰਾਰਤੀ ਹੋ ਗਿਆ, ਹੁਣ ਤਾਂ ਹੱਥਾਂ 'ਚ ਆਉਂਦਾ ਹੀ ਨਹੀਂ, ਹੱਥਾਂ 'ਚ ਨਿਕਲਦਾ ਜਦੋਂ ਇਹਨੂੰ ਫੜੋ। ਬਾਕੀ ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ, ਸਿਰਹਾਣੇ ਮੈਂ ਉਹਦੇ ਆਲੇ ਦੁਆਲੇ ਲਾ ਦਿੱਤੇ ਸੀ। ਚੱਲ ਹੁਣ ਗੱਲ ਗੋਲਮੋਲ ਨਾ ਕਰ, ਹੁਣ ਮੈਨੂੰ ਗੱਲ ਦੱਸ ਵੀ ਕਹਾਣੀ ਕੀ ਹੈ, ਕਾਹਦੀ ਟੈਨਸ਼ਨ ਪਾਈ ਹੋਈ ਹੈ ਤੂੰ? ਜੀ ਤੁਸੀਂ ਨਾ ਜ਼ਿਆਦਾ ਬੋਝ ਨਾ ਪਾਓ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਰੋਟੀ ਬਣੀ ਪਈ ਹੈ ਅਤੇ ਤੁਸੀਂ ਆਰਾਮ ਨਾਲ ਖਾਓ। ਤੂੰ ਮੈਨੂੰ ਇਹ ਗੱਲ ਦੱਸ, ਤੈਨੂੰ ਟੈਨਸ਼ਨ ਕਿਸ ਗੱਲ ਦੀ ਹੈ? ਜੇ ਤੂੰ ਨਹੀਂ ਦੱਸਣੀ ਤਾਂ ਮੈਂ ਨੀਚੇ ਮੰਮੀ ਕੋਲ ਪੁੱਛ ਲੈਂਦਾ। ਓਹੋ ਮੰਮੀ ਨੂੰ ਪੁੱਛਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ, ਮੈਂ ਕਿੱਦਾਂ ਦੱਸਾਂ ਤੁਹਾਨੂੰ? ਉਹ ਮੈਨੂੰ ਪਤਾ ਰਾਧਿਕਾ, ਕੋਈ ਨਾ ਕੋਈ ਟੈਨਸ਼ਨ ਤਾਂ ਹੈਗੀ ਹੈ, ਉਹ ਜਦੋਂ ਮੈਂ ਗੇਟ ਵੜਦਾ ਨਾ ਤੈਨੂੰ ਉਦੋਂ ਹੀ ਪਤਾ ਲੱਗ ਜਾਂਦਾ ਕਿ ਮੈਂ ਘਰ ਆ ਗਿਆ। ਹੁਣ ਮੈਂ ਪੌੜੀਆਂ ਚੜ੍ਹ ਕੇ ਇੱਥੋਂ ਦੀ ਲੰਘ ਵੀ ਗਿਆ, ਤੈਨੂੰ ਤਾਂ ਵੀ ਨਹੀਂ ਪਤਾ ਲੱਗਿਆ, ਦੱਸ ਕੀ ਹੋਇਆ? ਜੀ ਬਸ ਇਹੀ ਗੱਲ ਸੀ, ਖਾਨਾ ਮੈਨੂੰ ਰੀਆ ਦਾ ਫੋਨ ਆਇਆ ਸੀ, ਉਹ ਮੈਨੂੰ ਕਹਿੰਦੀ ਪਈ ਸੀ ਵੀ ਨਾ ਤਾਂ ਅੱਜੂ ਦਾ ਫੈਮਿਲੀ ਵੱਲ ਧਿਆਨ ਹੈ ਅਤੇ ਨਾ ਕਿਸੇ ਕੰਮ 'ਚ ਧਿਆਨ। ਉਹ ਫਿਰ ਤੂੰ ਇੱਕ ਕੰਮ ਕਰ ਨਾ, ਤੂੰ ਅੱਜੂ ਨੂੰ ਫੋਨ ਕਰਕੇ ਪੁੱਛ ਵੀ ਉਹ ਕਿਹੜੀ ਦੁਨੀਆਂ 'ਚ ਗਵਾਚਿਆ ਹੋਇਆ ਜਿਹੜਾ ਉਹਦਾ ਫੈਮਿਲੀ ਵੱਲ ਧਿਆਨ ਨਹੀਂ ਹੈਗਾ, ਨਾਲੇ ਅੱਜੂ ਕਿਹੜਾ ਤੇਰੇ ਤੋਂ ਬਾਹਰ ਆ। ਜੀ ਉਹ ਤਾਂ ਗੱਲ ਠੀਕ ਹੈ, ਮੈਂ ਸੋਚਿਆ ਵੀ ਸੀਰੀਆ ਦੇ ਫੋਨ ਤੋਂ ਬਾਅਦ ਕਿ ਮੈਂ ਅੱਜੂ ਨੂੰ ਫੋਨ ਕਰਾਂ, ਫਿਰ ਮੇਰੇ ਦਿਮਾਗ 'ਚ ਆਇਆ ਕਈ ਵੇਲੇ ਹੋ ਹੀ ਜਾਂਦਾ ਬੰਦੇ ਦੇ ਮਨ 'ਚ ਅੰਦਰ, ਕੁਝ ਗੱਲਾਂ ਹੁੰਦੀਆਂ ਹੀ ਨੇ, ਨਾ ਤਾਂ ਇਨਸਾਨ ਫੈਮਿਲੀ ਨਾਲ ਸ਼ੇਅਰ ਕਰਨਾ ਚਾਹੁੰਦਾ, ਨਾ ਕਿਸੇ ਨੂੰ ਦੱਸਣਾ ਚਾਹੁੰਦਾ, ਬਸ ਆਪਣੇ ਆਪ 'ਚ ਮਸਤ ਰਹਿਣਾ ਚਾਹੁੰਦਾ। ਫਿਰ ਅੱਜੂ ਨੂੰ ਨਾ ਕੋਈ ਬਾਹਰਲੀ ਕੰਮ ਕੁੰਮ ਦੀ ਟੈਨਸ਼ਨ ਹੋਣੀ ਹੈ, ਕਿਉਂਕਿ ਘਰੇ ਤਾਂ ਸਭ ਕੁਝ ਠੀਕ ਹੈ, ਅੱਗੇ ਨੂੰ ਰੀਆ ਦੀ ਟੈਨਸ਼ਨ ਸੀ, ਰੀਆ ਦੇ ਨਾਲ ਸਹੀ ਹੋ ਗਈ ਹੈ। ਜੇ ਤੂੰ ਕਹੇ ਤਾਂ ਮੈਂ ਫੋਨ ਕਰਕੇ ਪੁੱਛਾਂ, ਕਈ ਵਾਰ ਬੰਦਾ ਆਪਦੀ ਭੈਣ ਨੂੰ ਨਾ ਦੱਸ ਕੇ ਜੀਜੇ ਨੂੰ ਦੱਸਣਾ ਚਾਹੁੰਦਾ ਹੋਵੇ। ਜੀ ਪਹਿਲਾਂ ਤਾਂ ਮੈਨੂੰ ਇਹ ਸੀਗਾ ਜਿਹੜਾ ਇਹਨਾਂ ਨੇ ਸਾਨੂੰ 1,00,000 ਰੁਪਏ ਇਕੱਠਾ ਕਰਕੇ ਦਿੱਤਾ, ਕਿਤੇ ਇੱਧਰੋਂ ਉੱਧਰੋਂ ਫੜਿਆ ਨਾ ਹੋਵੇ, ਉਸ ਚੀਜ਼ ਦੀ ਟੈਨਸ਼ਨ ਹੋ ਸਕਦੀ। ਫਿਰ ਮੈਂ ਰੀਆ ਨਾਲ ਗੱਲ ਕੀਤੀ, ਰੀਆ ਕਹਿੰਦੀ ਕਿ ਮੰਮੀ ਕੋਲ 25,000-30,000 ਰੁਪਇਆ ਸੀਗਾ, ਬਾਕੀ ਦੀ ਅਸੀਂ ਕਮੇਟੀ ਚੱਕੀ ਸੀ, ਅਤੇ ਮੈਂ ਤੁਹਾਨੂੰ ਹੁਣ ਇਹੀ ਕਹੂੰਗੀ, ਤੁਸੀਂ ਇੱਕ ਵਾਰੀ ਨਾ ਅੱਜੂ ਨਾਲ ਗੱਲ ਕਰ ਲਓ। ਮੇਰੀ ਗੱਲ ਸੁਣ ਧਿਆਨ ਨਾਲ, ਮੈਂ ਤਾਂ ਅੱਜੂ ਨੂੰ ਪੁੱਛ ਲੂੰਗਾ ਵੀ ਭਾਈ ਤੇਰਾ ਘਰ ਵੱਲ ਧਿਆਨ ਕਿਉਂ ਨਹੀਂ ਹੈਗਾ, ਕਿੱਧਰ ਗਵਾਚਿਆ ਫਿਰਦਾ, ਪਰ ਗੱਲ ਇਹ ਹੈ ਉਹ ਮੇਰੇ ਤੋਂ ਵੱਧ ਤੇਰੇ ਨੇੜੇ ਜ਼ਿਆਦਾ, ਤੇਰੇ ਨਾਲ ਹਰ ਗੱਲ ਸ਼ੇਅਰ ਕਰ ਲੈਂਦਾ,
ਤੇ ਮੈਂ ਇਹੀ ਕਹੂੰਗਾ ਵੀ ਤੂੰ ਆਪਣੇ ਹਿਸਾਬ ਨਾਲ ਆਪ ਹੀ ਪੁੱਛ। ਜੀ ਫਿਰ ਤਾਂ ਨਾ ਮੈਂ ਆਹ 2 ਦਿਨ ਬਾਅਦ ਰੱਖੜੀ ਆ ਰਹੀ ਹੈ, ਫਿਰ ਤਾਂ ਉੱਧਰ ਜਾਣਾ, ਉਹਦੇ ਨਾਲ ਉਦੋਂ ਹੀ ਬਹਿ ਕੇ ਗੱਲ ਕਰ ਲਵਾਂਗੀ, ਪੁੱਛਦੀ ਹਾਂ ਉਹਨੂੰ ਬਹਿ ਕੇ ਵੀ ਤੇਰਾ ਫੈਮਿਲੀ ਵੱਲ ਕਿਉਂ ਨਹੀਂ ਧਿਆਨ ਹੈਗਾ। ਗੱਲ ਪਤਾ ਕੀ ਹੈ, ਕੀ ਪਤਾ ਅਗਲੇ ਸੱਚ ਨਾ ਦੱਸਦੇ ਹੁਣ ਵੀ ਜ਼ਰੂਰ ਕਮੇਟੀ ਚੱਕੀ ਹੈ ਕਿ ਮੰਮੀ ਦੇ ਅਕਾਊਂਟ 'ਚੋਂ ਪੈਸੇ ਲਏ ਨੇ, ਕੀ ਪਤਾ ਅੱਜੂ ਨੇ ਇੱਧਰ ਉੱਧਰੋਂ ਕਰਜ਼ਾ ਫੜਿਆ ਹੋਵੇ। ਗੱਲ ਕਰ ਲੈ ਖੁੱਲ੍ਹ ਕੇ, ਜੇ ਤਾਂ ਕਰਜ਼ਾ ਫੜਿਆ ਫਿਰ ਐਵੇਂ ਅਗਲਿਆਂ ਨੂੰ ਕਰਜ਼ੇ ਥੱਲੇ ਨਹੀਂ ਜਾਣ ਦੇਣਾ, ਅਸੀਂ ਆਪ ਕਿਤੋਂ ਚੱਕ ਕੇ ਉਹਨਾਂ ਦਾ 1,00,000 ਰੁਪਇਆ ਮੋੜ ਦਿੰਦੇ। ਨਹੀਂ ਨਹੀਂ ਜੀ, ਮੈਨੂੰ ਪਤਾ ਰੀਆ ਨਾ ਹੁਣ ਮੇਰੇ ਨਾਲ ਝੂਠ ਨਹੀਂ ਬੋਲ ਸਕਦੀ, ਨਾਲੇ ਇਹ ਗੱਲ ਮੰਮੀ ਨਾਲ ਮੈਂ ਕਰਕੇ ਕਨਫਰਮ ਕਰ ਲਈ ਹੋਈ ਹੈ ਵੀ ਉਹਨਾਂ ਨੇ ਕਿਤੋਂ ਬਾਹਰੋਂ ਕਰਜ਼ਾ ਨਹੀਂ ਚੱਕਿਆ। ਮੈਨੂੰ ਤਾਂ ਹੁਣ ਡਰ ਲੱਗੀ ਜਾਂਦਾ ਕਿ ਗੱਲ ਤਾਂ ਕੋਈ ਗੁੱਝੀ ਹੋਈ ਹੈ ਵੀ ਹੁਣ ਰੀਆ ਸਹੀ ਹੋਈ ਆ, ਅੱਜੂ ਆਪਦੀਆਂ ਹਰਕਤਾਂ ਕਰਕੇ ਉਹਨੂੰ ਫੇਰ ਨਾ ਗਲਤ ਕਰ ਦੇਵੇ। ਤੂੰ ਇੱਕ ਕੰਮ ਕਰ, ਰੀਆ ਨੂੰ ਫੋਨ ਕਰ, ਉਹਨੂੰ ਕਹਿ ਦੇਖ ਜੇ ਤਾਂ ਘਰ ਦਾ ਮਾਹੌਲ ਨਹੀਂ ਠੀਕ ਹੈਗਾ ਤਾਂ ਮੈਂ ਜਾਂਦਾ ਉੱਧਰ, ਅੰਸ਼ੂ ਨੂੰ ਇੱਧਰ ਲੈ ਆਉਣਾ, 2-3 ਦਿਨ ਇੱਧਰ ਰਹਿ ਲੈਂਦੀ ਹੈ, ਐਵੇਂ ਘਰ ਦੇ ਮਾਹੌਲ ਦੇ ਕੇ ਬੱਚੇ 'ਤੇ ਅਸਰ ਪੈਂਦਾ, ਫਿਰ ਪਹਿਲੇ ਵਾਲੀਆਂ ਗੱਲਾਂ ਨਾ ਸ਼ੁਰੂ ਹੋ ਜਾਣ। ਜੀ ਕੋਈ ਗੱਲ ਨਹੀਂ, ਮੈਂ ਕਰਦੀ ਹਾਂ ਰੀਆ ਨੂੰ ਫੋਨ, ਰੁਕ ਕੇ ਤੁਹਾਨੂੰ ਮੈਂ ਰੋਟੀ ਪਾ ਦਿੰਦੀ ਹਾਂ, ਅੰਦਰ ਬੈਠੋ ਅਤੇ ਪਹਿਲਾਂ ਮੰਮੀ ਨੂੰ ਬਣਾ ਕੇ ਦਿਓ। ਮੰਮੀ ਕੀ ਬੈਠੇ ਫੋਨ ਚਲਾਈ ਜਾਂਦੇ ਪਿਓ, ਨਾਲੇ ਮੇਰੀ ਗੱਲ ਸੁਣੋ, ਰੋਟੀ ਪਾਣੀ ਸਾਰਾ ਤਿਆਰ ਹੈ ਅਤੇ ਅੱਗੇ ਭਰਾ ਘਰ ਰੋਟੀ ਖਾਣ ਆਉਂਦਾ ਹੁੰਦਾ ਸੀ, ਹਾਲੇ ਤੱਕ ਆਇਆ ਨਹੀਂ। ਉਹਨੂੰ ਪਤਾ ਹੈ ਨਾ ਕਿ ਤੂੰ ਆਈ ਹੋਈ ਆ, ਤਾਂ ਹੀ ਅੱਜ ਦੁਪਹਿਰੇ ਰੋਟੀ ਖਾਣ ਨਹੀਂ ਆਇਆ। ਹੱਦ ਹੈ ਮੰਮੀ, ਉਹਨੂੰ ਤਾਂ ਮੈਂ ਇੱਦਾਂ ਦਾ ਕੁਛ ਕਿਹਾ ਵੀ ਨਹੀਂ ਜਿਹੜਾ ਮੂੰਹ ਬਣਾਏ ਬੈਠਾ ਵੈ, ਨਾਲੇ ਉਹਨੇ ਤਾਂ ਡਿਮਾਂਡ ਰੱਖੀ ਸੀ 2,00,000 ਰੁਪਏ ਦੀ, ਉਹ ਵੀ ਮੈਂ ਉਹਦੀ ਪੂਰੀ ਕਰਵਾਈ। ਉਹਨੂੰ ਤਾਂ ਉਸ ਗੱਲ ਦਾ ਗੁੱਸਾ ਜਿਹੜਾ ਉਸ ਦਿਨ ਸਾਰਿਆਂ ਦੇ ਬੈਠੇ ਵਿੱਚ ਜਵਾਈ ਭਾਈ ਉਹਨੂੰ ਕੁੱਦ ਕੇ ਪੈ ਗਿਆ, ਅਤੇ ਉਹਨੂੰ ਗੁੱਸਾ ਨਹੀਂ ਲੱਗੂਗਾ ਇਸ ਗੱਲ ਦਾ। ਮੰਮੀ ਉਹਦੀ ਗੱਲ ਤਾਂ ਗਲਤ ਸੀ ਨਾ, ਅਸੀਂ ਮੁੰਡਾ ਉਹਨਾਂ ਦੀ ਝੋਲੀ ਪਾਇਆ, ਵੇਚਿਆ ਥੋੜ੍ਹੀ ਸੀ, ਇਹਨੂੰ ਤਾਂ ਡਿਮਾਂਡ ਕਰਨੀ ਨਹੀਂ ਚਾਹੀਦੀ ਸੀ। ਦੇਖ ਪੁੱਤ, ਮੈਂ ਵੀ ਇਹੀ ਕਹਿ ਰਹੀ ਹਾਂ, ਤੂੰ ਜਵਾਕ ਦੇ ਕੇ ਨਾ ਬਹੁਤ ਵੱਡੀ ਗਲਤੀ ਕੀਤੀ ਆ, ਅੱਜ ਨਹੀਂ ਤਾਂ ਕੱਲ੍ਹ ਤੂੰ ਬਹੁਤ ਪਛਤਾਏਂਗੀ। ਚਲੋ ਮੰਮੀ ਮੈਨੂੰ ਦੱਸੋ ਮੈਂ ਕਿੱਦਾਂ ਪਛਤਾਵਾਂਗੀ, ਜ਼ਰਾ ਅੱਜ ਤੁਸੀਂ ਚਾਨਣਾ ਪਾ ਹੀ ਦੇਵੋ। ਦੇਖ ਪੁੱਤ, ਜਦੋਂ ਤੈਨੂੰ ਮੇਰੀ ਯਾਦ ਆਉਂਦੀ ਹੈ ਤਾਂ ਤੂੰ ਝੱਟ ਪੇਕ ਕੇ ਆ ਜਾਂਦੀ ਆ, ਅਤੇ ਤੇਰੇ ਮੁੰਡੇ ਨੂੰ ਜਦੋਂ ਤੇਰੀ ਯਾਦ ਆਊਗੀ ਤਾਂ ਉਹ ਕੀ ਕਰੂਗਾ। ਦੇਖ ਪੁੱਤ, ਹਜੇ ਵੀ ਨਾ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ, ਤੂੰ ਨਾ 4 ਬੰਦੇ ਬਿਠਾ ਕੇ ਆਪਣਾ ਮੁੰਡਾ ਵਾਪਸ ਲੈਂਦੀ ਹੋ। ਮੰਮੀ ਤੁਸੀਂ ਇਹ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਪਏ ਹੋ, ਇਹ ਕੋਈ ਬੱਚਿਆਂ ਦੀ ਖੇਡ ਹੈ, ਨਾਲੇ ਕਾਗਜ਼ ਪੱਤਰ ਸਾਰੇ ਤਿਆਰ ਹੋਏ ਨੇ, ਸਾਈਨ ਹੋਏ ਨੇ, ਹੁਣ ਮੈਂ ਆਪਣਾ ਮੁੰਡਾ ਕਿੱਦਾਂ ਵਾਪਸ ਲੈ ਲਵਾਂ। ਕਮਲੀਏ, ਤੂੰ ਨਾ ਉਹਨੂੰ ਦੁਨੀਆਂ ਵਿੱਚ ਲੈ ਕੇ ਆਈ ਆ, ਤੇ ਦੁੱਧ ਵੀ ਉਹਨੇ ਤੇਰਾ ਹੀ ਪੀਤਾ ਆ, ਤੇ ਰਹਿਣਾ ਵੀ ਉਹਨੇ ਸਾਰੀ ਉਮਰ ਤੇਰੇ ਕੋਲ ਹੀ ਆ। ਉਹ ਮੰਮੀ ਤੁਸੀਂ ਨਾ ਫਿਕਰਾਂ ਛੱਡ ਦਿਓ, ਰਾਧਿਕਾ ਤੇ ਪਵਨ ਨਾ ਸਾਡੇ ਤੋਂ ਵੱਧ ਉਹਦਾ ਧਿਆਨ ਰੱਖਦੇ ਨੇ। ਤੂੰ ਕਹਾਵਤ ਸੋਹਣੀ ਹੋਣੀ ਆ ਨਾ ਕਿ ਲੱਖ ਹੁਣ ਚਾਚੀਆਂ ਤਾਈਆਂ ਤੇ ਮਾਵਾਂ ਮਾਵਾਂ ਹੀ ਹੁੰਦੀਆਂ, ਤੂੰ ਉਹਨੂੰ ਹਜੇ ਨਵਾਂ ਨਵਾਂ ਮੁੰਡਾ ਦਿੱਤਾ ਆ ਅਤੇ ਉਹ ਮਾਂ ਬਣਨ ਦੀ ਕੋਸ਼ਿਸ਼ ਕਰਦੀ ਪਈ ਆ, ਪਰ ਉਹ ਤੋਂ ਬਣਿਆ ਨਹੀਂ ਜਾਣਾ। ਮੰਮੀ ਰਾਧਿਕਾ ਨਾ ਮੇਰੇ ਵੱਡੇ ਮੁੰਡੇ ਦਾ ਹੀ ਬਹੁਤ ਕਰਦੀ ਹੈ ਅਤੇ ਲੱਡੂ ਦੇ ਤਾਂ ਉਹ ਜਾਣ ਦਿੰਦੀ ਹੈ, ਨਾਲੇ ਮੇਰੀ ਗੱਲ ਸੁਣੋ, ਤੁਹਾਡੇ ਜਵਾਈ ਨੇ ਉਹਨਾਂ ਦੀ ਝੋਲੀ ਮੁੰਡਾ ਪਾ ਦਿੱਤਾ, ਨਾਲੇ ਜ਼ਬਾਨ ਦਿੱਤੀ ਆ ਉਹਨਾਂ ਨੇ, ਤੁਸੀਂ ਇਹ ਗੱਲਾਂ ਕਰਕੇ ਮੈਨੂੰ ਕਿਉਂ ਡਰਾ ਰਹੇ ਹੋ? ਉਹ ਜੈਸਮੀਨ ਜੇ ਕੁੜੀ ਹੁੰਦੀ ਨਾ ਤਾਂ ਥੋੜ੍ਹਾ ਸੋਚ ਵੀ ਲੈਂਦੇ, ਇਹ ਤਾਂ ਹੈਗਾ ਵੀ ਮੁੰਡਾ ਆ, ਅਤੇ ਮੁੰਡੇ ਪਿੱਛੇ ਤਾਂ ਲੋਕ ਧਾਗੇ ਤਵੀਤਾ ਕਰਾਉਂਦੇ ਫਿਰਦੇ ਨੇ, ਬਾਬਿਆਂ ਕੋਲ ਜਾਂਦੇ ਫਿਰਦੇ ਨੇ, ਬਨਸਬੰਦੀਆਂ ਦਵਾਈਆਂ ਖਾਈ ਜਾਂਦੇ ਨੇ, ਅਤੇ ਤੂੰ ਮੁੰਡਾ ਐਂ ਹੀ ਫੜਾ ਦਿੱਤਾ। ਮੰਮੀ ਹੁਣ ਜੋ ਮਰਜ਼ੀ ਤੁਸੀਂ ਕਹੀ ਜਾਵੋ, ਮੈਂ ਮੁੰਡਾ ਇੱਕ ਵਾਰ ਉਹਨਾਂ ਦੀ ਝੋਲੀ ਪਾ ਦਿੱਤਾ, ਮੈਂ ਵਾਪਸ ਨਹੀਂ ਲੈਣਾ, ਵਾਪਸ ਲੈ ਕੇ ਮੈਂ ਪਾਪ ਖੱਟਾਂ। ਪਾਪ ਤਾਂ ਤੂੰ ਆਪੇ ਖੱਟਿਆ ਆਪਣਾ ਮੁੰਡਾ ਆਪਣੇ ਤੋਂ ਜੁਦਾ ਕਰਕੇ, ਪਰ ਨਾਲੇ 2 ਔਲਾਦਾਂ ਦਾ ਨਾ ਬਹੁਤ ਸਾਰਾ ਹੁੰਦਾ ਹੈ, ਅਤੇ 1 ਔਲਾਦ 'ਤੇ ਅੱਜ ਕੱਲ੍ਹ ਵਿਸ਼ਵਾਸ ਨਹੀਂ ਕੀਤਾ ਜਾਂਦਾ। ਮੰਮੀ ਔਲਾਦ 1 ਹੋਵੇ ਭਾਵੇਂ 4 ਹੋਵੇ, ਇਹ ਤਾਂ ਉਹਨਾਂ ਦੀ ਪਰਵਰਿਸ਼ ਦੱਸਦੀ ਹੈ ਕਿ ਵੱਡੇ ਹੋ ਕੇ ਉਹਨਾਂ ਨੇ ਮਾਂ ਪਿਓ ਨੂੰ ਪੁੱਛਣਾ ਕਿ ਨਹੀਂ ਪੁੱਛਣਾ। ਜੇ ਤੁਸੀਂ ਹੁਣ ਸਾਨੂੰ ਚੰਗੇ ਸੰਸਕਾਰ ਦਿੱਤੇ ਹੈ ਤਾਂ ਹੀ ਆਪਾਂ ਤੁਹਾਨੂੰ ਪੁੱਛਦੇ ਪਏ ਹਾਂ, ਚਾਹੇ ਮੈਂ ਪੁੱਛਦੀ ਪਈ ਹਾਂ ਅਤੇ ਜਾਂ ਵੀਰਾ ਪੁੱਛਦਾ ਪਿਆ ਵੇ, ਅਤੇ ਜੇ ਮੈਂ ਆਪਣੇ ਮੁੰਡੇ ਨੂੰ ਚੰਗੀ ਪਰਵਰਿਸ਼ ਦੇਵਾਂਗੀ ਨਾ ਤਾਂ ਮੈਨੂੰ ਵੀ ਪੁੱਛ ਲਏਗਾ, ਇਸ ਗੱਲ ਦਾ ਤੁਸੀਂ ਬੋਝ ਨਾ ਪਾਓ।
ਮੈਂ ਤਾਂ ਤੈਨੂੰ ਇੱਕ ਵਾਰੀ ਇਹ ਕਹਿ ਰਹੀ ਹਾਂ। ਮੰਮੀ ਬਸ ਕਰੋ, ਤੁਸੀਂ ਬਹੁਤ ਮੇਰਾ ਸਿਰ ਖਾ ਲਿਆ। ਜੇ ਬਾਰ ਬਾਰ ਤੁਸੀਂ ਇਹੀ ਗੱਲਾਂ ਕਰਨੀਆਂ ਨਾ, ਮੈਂ ਆਪਣਾ ਬੈਗ ਚੱਕ ਕੇ ਚੱਲੀ ਹਾਂ ਸਹੁਰੇ। ਮੰਮੀ ਹੁਣ ਜੋ ਮਰਜ਼ੀ ਹੋ ਜੇ, ਮੈਂ ਆਪਣਾ ਮੁੰਡਾ ਵਾਪਸ ਨਹੀਂ ਲੈਣਾ। ਇਹ ਫਿਰ ਖਾਲੀ ਦਿਮਾਗ ਵਿੱਚ ਪਤਾ ਨਹੀਂ ਕਦੋਂ ਗੱਲ ਪੈਣੀ ਹੈ। ਮੰਮੀ ਤੁਸੀਂ ਮੂੰਹ ਹੱਥ ਧੋ ਲਓ, ਮੈਂ ਤੁਹਾਨੂੰ ਰੋਟੀ ਪਾ ਦਿੰਦੀ ਹਾਂ। ਮੰਮੀ ਤੁਸੀਂ ਚੁੱਪ ਕਰਕੇ ਬੈਠੇ ਹੋ, ਮੈਂ ਤੁਹਾਨੂੰ ਕਿਹਾ ਮੂੰਹ ਹੱਥ ਧੋ ਲਓ, ਮੈਂ ਤੁਹਾਨੂੰ ਰੋਟੀ ਪਾ ਦਾਂ, ਕੀ ਹੋਇਆ? ਹਾਲੇ ਨਾ ਮੇਰਾ ਮਨ ਨਹੀਂ ਹੈਗਾ ਰੋਟੀ ਖਾਣ ਦਾ, ਮੈਂ ਆਪੇ ਪਾ ਕੇ ਖਾ ਲਾਂਗੀ। ਲੈ ਕਿਉਂ ਬਾਅਦ 'ਚ ਖਾ ਲਾਂਗੀ? ਮੰਮੀ ਹੁਣ ਗਰਮ ਗਰਮ ਰੋਟੀ ਬਣੀ ਪਈ ਹੈ, ਖਾ ਲਓ, ਬਾਅਦ 'ਚ ਪਈ ਪਈ ਠੰਡੀ ਹੋ ਜਾਣੀ। ਨਾਲੇ ਬੋਝ ਕਿਹੜੀ ਗੱਲ ਦਾ ਪਾਇਆ ਦੱਸੋ। ਨਹੀਂ ਪੁੱਤ ਕੁਛ ਨਹੀਂ ਹੋਇਆ, ਵੈਸੇ ਮੇਰਾ ਮੂਡ ਨਹੀਂ ਹੈਗਾ, ਮੈਂ ਬਾਅਦ 'ਚ ਖਾ ਲਊਂਗੀ। ਮੰਮੀ ਕੱਲ੍ਹ ਹਰਦੀਪ ਦੀਦੀ ਆਏ ਸੀ, ਉਹ ਤਾਂ ਨਹੀਂ ਤੁਹਾਨੂੰ ਕੁਛ ਕਹਿ ਕੇ ਗਏ? ਨਾ ਨਾ, ਜਿਸ ਦਿਨ ਦੀ ਮੈਂ ਉਹਦੀ ਲਾਹ ਪਾ ਕੀਤੀ ਹੈ ਨਾ, ਉਦਾਂ ਦੀ ਤਾਂ ਉਹ ਮੇਰੇ ਨਾਲ ਹਿਸਾਬ ਨਾਲ ਹੀ ਬੋਲਦੀ ਹੈ। ਤੈਨੂੰ ਕੀ ਕਹਿੰਦੀ ਸੀ ਉੱਪਰ? ਤੁਹਾਨੂੰ ਪਤਾ ਹੀ ਹੈ, ਜਿਹੜੇ ਬੰਦੇ ਨੂੰ ਆਦਤ ਹੋਵੇ ਨਾ ਆ ਟੱਬਰ ਦੇ ਵਿੱਚ ਅੱਗ ਲਾਉਣ ਦੀ, ਉਹ ਇੱਧਰ ਉੱਧਰ ਗੱਲਾਂ ਕਰਕੇ ਨਾ ਫਿਰ ਭੜਕਾਉਂਦੇ ਹੀ ਹੈ ਸਾਰਿਆਂ ਨੂੰ। ਜੈਸਮੀਨ ਨੂੰ ਵੀ ਨਾ ਉਦਣ ਭੜਕਾ ਕੇ ਗਈ ਹੈ, ਮੈਨੂੰ ਤਾਂ ਲੱਗਦਾ ਕੱਲ੍ਹ ਤੈਨੂੰ ਵੀ ਕੋਈ ਚੁੱਪਵੀਂ ਗੱਲ ਕਰਕੇ ਗਈ ਹੈ। ਮੰਮੀ ਉਹ ਜੋ ਕਹਿੰਦੇ ਨਾ ਉਹਨਾਂ ਨੂੰ ਕਹਿਣ ਦਿਓ, ਮੇਰੇ 'ਤੇ ਤਾਂ ਉਹਨਾਂ ਦੀਆਂ ਗੱਲਾਂ ਦਾ ਬਿਲਕੁਲ ਅਸਰ ਨਹੀਂ ਹੋਣ ਲੱਗਾ, ਆਪਾਂ ਕਿਵੇਂ ਫਾਲਤੂ ਲੋਕਾਂ ਦਾ ਬੋਝ ਲਈਏ। ਹੁਣ ਜਦੋਂ ਵੀ ਆਵੇ ਨਾ ਤੈਨੂੰ ਕੋਈ ਚੁੱਪਵੀਂ ਜੀ ਗੱਲ ਕਰੇ ਤਾਂ ਤੂੰ ਮੂੰਹ 'ਤੇ ਹੀ ਜਵਾਬ ਦੇ ਦੀ, ਇਹਨੇ ਤਾਂ ਹੀ ਸਿੱਧੀ ਹੋਣਾ। ਇਹ ਤਾਂ ਮੰਮੀ ਮੈਨੂੰ ਪਤਾ, ਸ਼ਰੀਕਾਂ ਨੇ ਆਪਦਾ ਸ਼ਰੀਕ ਹੋਣਾ ਤਾਂ ਦਿਖਾਉਣਾ ਹੀ ਹੈ ਨਾ, ਬਸ ਸਾਨੂੰ ਹੀ ਨਾ ਆਪਸ 'ਚ ਰਲ ਕੇ ਪਿਆਰ ਬਣਾ ਕੇ ਰੱਖਣਾ ਪੈਣਾ। ਸਿਆਪਾ ਇੱਕ ਹੋਵੇ ਤਾਂ ਰਾਜੀ ਕਰਨ ਬਟਾਈਏ, ਇੱਧਰੋਂ ਉਹ ਸ਼ਰੀਕ ਨਹੀਂ ਹਟਦੇ ਅਤੇ ਉੱਧਰੋਂ ਜੈਸਮੀਨ ਦੀ ਮਾਂ ਨਹੀਂ ਹਟਦੀ। ਜੈਸਮੀਨ ਦੀ ਤੇ ਮੰਮੀ ਕਿਉਂ, ਉਹਨਾਂ ਨੇ ਕੀ ਕਰਤਾ ਇਹੋ ਜਿਹਾ? ਜਦੋਂ ਜਦੋਂ ਜੈਸਮੀਨ ਪੇਕੇ ਜਾਣ ਦਾ ਕਹਿੰਦੀ ਹੈ ਨਾ, ਉਦੋਂ ਉਦੋਂ ਮੈਨੂੰ ਟੈਨਸ਼ਨ ਪੈ ਜਾਂਦੀ ਹੈ। ਉਹਦੀ ਮਾਂ ਚਾਹੁੰਦੀ ਨਾ ਤਾਂ ਬੱਚਾ ਕਦੇ ਵੀ ਤੁਹਾਡੀ ਝੋਲੀ 'ਚ ਪਾਣ ਨਾ ਦਿੰਦੀ। ਪਰ ਮੰਮੀ ਜੈਸਮੀਨ ਦੀ ਤਾਂ ਸਿਆਣੇ ਨੇ ਨਾ, ਮੈਨੂੰ ਪਤਾ ਉਹ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਂਦੇ। ਹੁਣ ਜਿਹੜਾ ਉਹਨਾਂ ਨੇ ਫੈਸਲਾ ਲੈ ਲਿਆ ਤਾਂ ਲੈ ਲਿਆ। ਜੈਸਮੀਨ ਨਾ ਹਲੇ ਆਪਣੀ ਮਾਂ ਦੇ ਮਗਰ ਲੱਗੀ ਨਹੀਂ, ਜਿੱਦਣ ਉਹ ਆਪਣੀ ਮਾਂ ਦੇ ਮਗਰ ਲੱਗ ਗਈ ਨਾ, ਘਰਾਂ 'ਚ ਕਲੇਸ਼ ਤਾਂ ਉੱਦਾਂ ਹੀ ਸ਼ੁਰੂ ਹੋ ਜਾਣੇ। ਮੰਮੀ ਤੁਸੀਂ ਜੈਸਮੀਨ ਦੀਦੀ ਤਾਂ ਫਿਕਰ ਹੀ ਨਾ ਕਰੋ, ਮੈਨੂੰ ਵੀ ਤਾਂ ਘੱਟੋ ਘੱਟ 5-7 ਸਾਲ ਹੋ ਹੀ ਗਏ ਨੇ ਉਹਨਾਂ ਦੇ ਨਾਲ ਰਹਿੰਦੇ, ਉਹ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਹੀ ਕਹਿੰਦੇ ਨੇ। ਉਹਦੀ ਮਾਂ ਤਾਂ ਇਹੀ ਚਾਹੁੰਦੀ ਹੈ ਵੀ ਇਹ ਭਰਾ ਦੋਨੋਂ ਅਲੱਗ ਹੋ ਜਾਣ, ਪਰ ਮੈਂ ਆਪਣੇ ਜਿੰਦੇ ਜੀ ਨਾ ਆਪਣੇ ਮੁੰਡਿਆਂ ਨੂੰ ਅਲੱਗ ਨਹੀਂ ਹੋਣ ਦੇਣਾ। ਮੰਮੀ ਇਸ ਚੀਜ਼ ਦੀ ਤੁਸੀਂ ਚਿੰਤਾ ਹੀ ਨਾ ਕਰੋ, ਆਪਣੇ ਘਰ ਨੂੰ ਐਵੇਂ ਕੋਈ ਤੋੜ ਨਹੀਂ ਸਕਦਾ, ਕਿਉਂਕਿ ਇਸ ਘਰ ਦੇ ਵਿੱਚ ਜੁੜਨ ਵਾਲੇ ਵੱਡੇ ਤੁਸੀਂ ਬੈਠੇ ਹੋ, ਅਤੇ ਜਿੰਨੀ ਦੇਰ ਤੁਸੀਂ ਜੋੜੀ ਬੈਠੇ ਹੋ ਭਰਾਵਾਂ ਨੂੰ ਅੱਡ ਕੋਈ ਵੀ ਨਹੀਂ ਕਰ ਸਕਦਾ। ਦੋਨੋਂ ਭਰਾਵਾਂ ਭਰਾਵਾਂ ਦਾ ਨਾ ਪਿਆਰ ਹੀ ਬੜਾ ਹੈ, ਤਾਂ ਹੀ ਤਾਂ ਦੋਨਾਂ ਨੇ ਇੱਕ ਦੂਸਰੇ ਦਾ ਸੋਚਿਆ, ਬਸ ਹੁਣ ਇਹੀ ਡਰ ਲੱਗਦਾ ਵੀ ਬਾਹਰਲੇ ਲੋਕ ਨਾ ਕਿਤੇ ਭੜਕਾਉਣ ਬਹਿ ਜਾਣ। ਮੰਮੀ ਤੁਹਾਡੇ ਤੋਂ ਬਾਅਦ ਨਾ ਆਸ਼ੀਸ਼ ਭਾਅ ਜੀ ਇਸ ਘਰ 'ਚ ਵੱਡੇ ਨੇ, ਉਹਨਾਂ ਨੂੰ ਪਤਾ ਆਪਣੀ ਫੈਮਿਲੀ ਨੂੰ ਕਿੱਦਾਂ ਰੱਖਣਾ ਅਤੇ ਆਪਣੇ ਬੱਚਿਆਂ ਨੂੰ ਕਿੱਦਾਂ ਰੱਖਣਾ। ਤੁਸੀਂ ਬੇਫਿਕਰ ਹੋ, ਮੈਂ ਰੋਟੀ ਲਿਆਉਂਦੀ ਹਾਂ, ਤੁਸੀਂ ਉਹ ਖਾਓ ਆਰਾਮ ਨਾਲ। ਯਾਰ ਆਹ ਗੱਲਾਂ ਚੰਗੀਆਂ ਨੇ, ਤੂੰ ਸਿੱਧਾ ਘਰ ਹੀ ਆ ਗਈ ਮੇਰੇ। ਤੁਸੀਂ ਮੇਰਾ ਫੋਨ ਤਾਂ ਚੱਕਣਾ ਨਹੀਂ, ਨਾ ਮੈਸੇਜ ਦੇ ਰਿਪਲਾਈ ਕਰਦੇ ਹੋ, ਫਿਰ ਮੈਨੂੰ ਜਿਹੜੀ ਆਪਸ਼ਨ ਸਹੀ ਲੱਗੀ ਮੈਂ ਉਹਦਾ ਕੀਤਾ। ਚੱਲ ਛੱਡ, ਮੈਂ ਨਾ ਯਾਰ ਤੈਨੂੰ ਹੋਰ ਨਹੀਂ ਲਾ ਰਿਹਾ 'ਚ ਰੱਖਣਾ ਚਾਹੁੰਦਾ, ਤੈਨੂੰ ਮੈਂ ਗੱਲ ਦੱਸਾਂ, ਮੈਂ ਨਾ ਤੇਰਾ ਵਿਆਹ ਨਹੀਂ ਕਰਾ ਸਕਦਾ। ਕਿਉਂ ਕਿਉਂ ਨਹੀਂ ਕਰਾ ਸਕਦੇ ਵਿਆਹ? ਪਿਛਲੇ 6 ਮਹੀਨਿਆਂ ਤੋਂ ਤਾਂ ਤੁਸੀਂ ਮੈਨੂੰ ਲਾਰਿਆਂ 'ਚ ਰੱਖਿਆ ਹੋਇਆ ਕਿ ਮੈਂ ਤੇਰੇ ਨਾਲ ਵਿਆਹ ਕਰਾਊਂਗਾ। ਯਾਰ ਮੇਰੇ ਨਾਲ ਘਰਦਿਆਂ ਨੇ ਰਿਸ਼ਤਾ ਦੇਖ ਲਿਆ ਕਿਤੇ ਹੋਰ, ਮੈਂ ਉਹਨਾਂ ਨਾਲ ਗੱਲ ਤਾਂ ਕੀਤੀ ਸੀ ਤੇਰੇ ਬਾਰੇ, ਉਹ ਕਹਿੰਦੇ ਸੀ ਲਵ ਮੈਰਿਜ ਦੇ ਸਖ਼ਤ ਖਿਲਾਫ ਆ। ਕਿਉਂ, ਇਹ ਕੀ ਗੱਲ ਬਣਦੀ ਹੈ? ਪਹਿਲਾਂ ਤਾਂ ਤੁਸੀਂ ਕਹਿੰਦੇ ਸੀ ਮੈਂ ਲਵ ਮੈਰਿਜ ਹੀ ਕਰਾਊਂਗਾ, ਨਾਲੇ ਤੁਹਾਡੀ ਆਪਦੀ ਲਾਈਫ ਹੈ, ਤੁਸੀਂ ਆਪਣੀ ਲਾਈਫ ਦਾ ਸਟੈਂਡ ਨਹੀਂ ਲੈ ਸਕਦੇ। ਯਾਰ ਤੈਨੂੰ ਪਤਾ ਤਾਂ ਹੈ ਮੇਰੀ ਇਕੱਲੀ ਇਕੱਲੀ ਤਾਂ ਮਾਂ ਵਾਂ, ਜੇ ਮੇਰਾ ਡੈਡੀ ਹੁੰਦਾ ਫਿਰ ਤਾਂ ਗੱਲ ਹੋਰ ਹੋਣੀ ਸੀ, ਨਾਲੇ ਮੈਂ ਉਹਨਾਂ ਦਾ ਦਿਲ ਦੁਖਾ ਕੇ ਵਿਆਹ ਥੋੜ੍ਹੀ ਕਰਾ ਸਕਦਾ।
ਇਹ ਗੱਲਾਂ ਨਾ ਤੁਸੀਂ 6 ਮਹੀਨੇ ਪਹਿਲਾਂ ਸੋਚਣੀਆਂ ਸੀ, ਹੁਣ ਇਹ ਗੱਲਾਂ ਸੋਚਣ ਦਾ ਕੋਈ ਫਾਇਦਾ ਨਹੀਂ ਹੈ। ਅੱਜ ਕੱਲ੍ਹ ਦੇ ਵਿੱਚ ਮੈਂ ਆਪਦੇ ਘਰੇ ਗੱਲ ਕਰ ਲੈਣੀ ਹੈ ਅਤੇ ਤੁਸੀਂ ਵੀ ਕਰ ਲਿਓ ਆਪਦੇ ਘਰੇ ਗੱਲ। ਯਾਰ ਕਮਾਲ ਕਰੀ ਜਾਂਦੀ ਹੈ ਸਾਨੀਆ, ਮੈਂ ਆਪਣੀ ਮੰਮੀ ਤੋਂ ਉੱਪਰ ਹੋ ਕੇ ਆਪਣੀ ਲਾਈਫ ਦਾ ਕਿਵੇਂ ਫੈਸਲਾ ਲੈਣਾ, ਮੈਂ ਤਾਂ ਇਹੀ ਕਹੂੰਗਾ ਤੂੰ ਮੈਨੂੰ ਭੁੱਲ ਜਾ। ਮੈਂ ਨਾ ਵਿਆਹ ਤੋਂ ਬਾਅਦ ਤੁਹਾਡੇ ਨਾਲ ਬਥੇਰੇ ਸੁਪਨੇ ਸਜਾਏ ਨੇ ਅਤੇ ਤੁਹਾਨੂੰ ਕੋਈ ਹੱਕ ਨਹੀਂ ਮੇਰੇ ਸੁਪਨਿਆਂ ਨੂੰ ਤੋੜਨ ਦਾ ਅਤੇ ਮੈਨੂੰ ਧੋਖਾ ਦੇਣ ਦਾ। ਯਾਰ ਮੇਰਾ ਕਿਹੜਾ ਦਿਲ ਕਰਦਾ ਕਿ ਤੈਨੂੰ ਮੈਂ ਧੋਖਾ ਦੇਵਾਂ, ਮੇਰੀ ਮਾਂ ਨੇ ਜਿਹੜੀ ਮੇਰੇ ਲਈ ਕੁੜੀ ਲੱਭੀ ਆ ਉਹਨਾਂ ਨੇ ਵੀ ਤਾਂ ਕੋਈ ਸੁਪਨੇ ਸਜਾਏ ਨਹੀਂ ਉਹਨਾਂ ਦਾ, ਮੈਂ ਉਹਨਾਂ ਦੇ ਸੁਪਨੇ ਕਿਵੇਂ ਤੋੜਦਾ। ਮੈਂ ਤਾਂ ਇਹੀ ਕਹਿੰਦਾ ਆਪਣਾ ਰਿਸ਼ਤਾ ਅੱਜ ਤੋਂ ਬਾਅਦ ਖਤਮ ਆ। ਦੇਖੋ ਮੈਂ ਸਾਫ਼ ਸਾਫ਼ ਗੱਲ ਕਰਨੀ ਹਾਂ, ਮੈਂ ਵਿਆਹ ਤੁਹਾਡੇ ਨਾਲ ਹੀ ਕਰਾਉਣਾ, ਤੁਹਾਡੀ ਮੰਮੀ ਮੰਨੇ ਚਾਹੇ ਨਾ ਮੰਨੇ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ, ਪਰ ਮੈਂ ਆਪਦੇ ਘਰਦੇ ਤਾਂ ਮਨਾ ਲੂੰਗੀ, ਤੁਸੀਂ ਆਪਣੇ ਦੇਖ ਲਓ। ਹੱਦ ਕਰੀ ਜਾਂਦੀ ਹੈ ਯਾਰ ਤੂੰ, ਆਪਣਾ ਕੋਈ ਬੋਂਡ ਆਇਆ ਵਾ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਹੀ ਕਰਾਉਣਾ ਵਾ। ਇਹ ਸਾਰੀਆਂ ਚੀਜ਼ਾਂ ਨਾ ਤੁਸੀਂ ਪਹਿਲਾਂ ਸੋਚਣੀਆਂ ਸੀਗੀਆਂ, ਹੁਣ ਇਹ ਚੀਜ਼ਾਂ ਸੋਚਣ ਦਾ ਕੋਈ ਫਾਇਦਾ ਨਹੀਂ, ਤੁਹਾਡਾ ਖਹਿੜਾ ਨਾ ਮੈਂ ਇੰਨੀ ਆਸਾਨੀ ਨਾਲ ਨਹੀਂ ਛੱਡਦੀ। ਯਾਰ ਕਿਉਂ ਡਰਾਈ ਜਾਂਦੀ ਆ, ਮੈਨੂੰ ਆਪਣੀ ਮਾਂ ਤੋਂ ਵੱਧ ਕੇ ਕੁਛ ਵੀ ਨਹੀਂ ਹੈਗਾ, ਮੈਂ ਤਾਂ ਆਪਣੀ ਮਾਂ ਦੀ ਹੀ ਮੰਨਣੀ ਆ। ਇਸ ਟਾਈਮ ਨਾ ਮੈਨੂੰ ਤੁਹਾਡੇ ਤੋਂ ਵੱਧ ਕੇ ਕੁਛ ਨਹੀਂ ਹੈਗਾ, ਤੁਹਾਡੇ ਨਾਲ ਵਿਆਹ ਕਰਾਉਣ ਲਈ ਨਾ ਮੈਂ ਕਿਸੇ ਵੀ ਹੱਦ ਤੱਕ ਜਾ ਸਕਦੀ ਹਾਂ। ਤੁਹਾਡੇ ਕੋਲੋਂ 15-20 ਦਿਨਾਂ ਦਾ ਟਾਈਮ ਆ, ਆਪਣੀ ਮੰਮੀ ਨੂੰ ਮਨਾ ਲਓ, ਨਹੀਂ ਤਾਂ ਆਪਾਂ ਕੋਰਟ ਮੈਰਿਜ ਕਰਾ ਲੈਂਦੇ ਹਾਂ। ਜੇ ਇਸ ਵਾਰ ਤੁਸੀਂ ਮੈਨੂੰ ਇਗਨੋਰ ਕੀਤਾ ਨਾ ਜਾਂ ਮੇਰੇ ਮੈਸੇਜ ਦਾ ਜਵਾਬ ਨਾ ਦਿੱਤਾ, ਫਿਰ ਤੁਸੀਂ ਆਪਣਾ ਹਿਸਾਬ ਲਾ ਲਓ। ਯਾਰ ਇਹ ਤਾਂ ਮੈਂ ਟੈਨਸ਼ਨ ਹੀ ਪਾ ਲਈ, ਰੀਆ ਮੇਰੇ ਨਾਲ ਸਹੀ ਤਰ੍ਹਾਂ ਬਿਹੇਵ ਨਹੀਂ ਕਰਦੀ ਸੀ, ਮੈਂ ਇਹਦੇ ਨਾਲ ਰਿਲੇਸ਼ਨ 'ਚ ਆ ਗਿਆ, ਹੁਣ ਰੀਆ ਸਹੀ ਹੋ ਗਈ ਆ ਅਤੇ ਮੈਂ ਇਹਦੇ ਕੋਲੋਂ ਖਹਿੜਾ ਕਿਵੇਂ ਚੜਾਵਾਂ ਹੁਣ। ਅੱਜੂ ਆਪਣਾ ਬਸਿਆ ਵਸਾਇਆ ਕਰ ਤਾਂ ਉਜਾੜ ਨਹੀਂ ਸਕਦਾ ਤੂੰ ਇਹਦੇ ਕਰਕੇ, ਹੁਣ ਇਹਨੂੰ ਹੀ ਸਮਝਾਉਣਾ ਪੈਣਾ। ਮੈਨੂੰ ਲੱਗਦਾ ਸਾਰੀ ਗੱਲ ਰੀਆ ਨਾਲ ਕਰਨੀ ਚਾਹੀਦੀ ਹੈ।